पंजाब सोने दी चिड़ी अजकल चिट्टी हो गई है। सवेर तो रोज चढ़ती है पर पहलियां सवेरां वर्गी नहीं। आओ नज़र मारते हैं एक पिंड की कहानी ते चिट्टा पंजाब। उठ जा दिन चढ़ गया, उठ जा दिन चढ़ गया, जाके खेत गेड़ा मार ला, पानी पूनी वेख ला जाके। बापू चल जाना, सोनू नहीं दिंदे एक दे। ओ कोई नहीं बापू, मैं चला जाना वा, कर लेंदे मुंडे नू ऐश अजे। हाँ है ना वड्डे भरा दा प्यार, अब बापू नू की पता। तेरे इन्ना लाडा ने बिगाड़िया नहीं, जे हुण ना समझाया ने होर बिगड़ जाना। बापू की यार, चंगा भला सपना आउंदा ही, जाए दी बारी नू बस हत्थ पाउण ही लग्या हां ते बापू तू उठाता। सुते सुते जाए दीआं बारियां नू हत्थ नहीं पैंदे, बाहर जाके कम कार भी करने पैंदे। बंदे दा पुत बन के कम कर ला कोई, कित्थों जमली गंदी ला लवें। ते बापू फिर तो गए जम लानी ही, ये किदा बकवास करदा। चल बापू छड, आपां दोवें चलदे आं खेतां नू। वेख बाई दा प्यार बापू। आहो मैं ते चुभदा निक्के तों वड्डा कीता इहनूं। बस बापू ओए डायलॉग, निक्के तों वड्डा कीता फलाणा फलाणा। चल निक्के आपां चलीए खेतां नू। जाओ जाओ। मेरी गल तो सुन। हाँ जी। बापू नूं बहुता तंग ना करिया कर, वो जे सौना हुंदा ना इत्थे मोटर ते आके सौं जाया कर। ओ भाई इदां ही बस भाई, ये छड्ड, तैनूं मैं इक गल कही सी बापू नाल, गल कीती ओ? कोई नहीं मैं अज करदा जाके, चेते ना भाई वेला। कोई नहीं पहलो गल इही करूं मैं जाके। बस ठीक है भाई। किदां? वधिया जनाब। वेला ही आ? ਨਹੀਂ ਬਸ ਆ ਬੰਬੀ ਦੇ ਆਇਆ ਮੈਂ, ਦੱਸੋ ਚਾ ਇਤਰਾ ਇੱਥੇ ਲੈਣ ਆਉਣ ਲੱਗ ਪਿਆ? ਬਸ ਭਰਾ ਬਾਈ ਨਾ ਆਇਆ ਵਾਂ। ਤੈਨੂੰ ਤਾਂ ਆਸ਼ਾ ਹੀ ਆ, ਕੰਮ ਤਾਂ ਤੇਰੇ ਵੱਡੇ ਭਰਾ ਨੇ ਹੀ ਕਰਨਾ। ਇਹ ਕੀ ਆਉਂਦਾ ਸੀ ਤੈਨੂੰ? ਕੁਝ ਨਹੀਂ ਬਾਈ, ਕਹਿੰਦਾ ਬਾਹਰ ਚੱਲੀਏ ਘੁੰਮਣਾ, ਅਤੇ ਮੈਂ ਨਹੀਂ ਬਾਈ ਨਾ ਆਇਆ ਮੈਂ। ਤੈਨੂੰ ਮੈਂ ਅਜੇ ਵੀ ਸਮਝਾਇਆ ਵੀ ਨਾ ਫਿਰਿਆ ਕਰ ਇਹਨਾਂ ਨਾਲ। ਓਹੋ ਬਾਈ ਇਹ ਸਕੂਲ ਦੇ ਦੋਸਤ ਆ ਬਸ, ਹੋਰ ਕੁਝ ਨਹੀਂ। ਤੁਹਾਨੂੰ ਪਤਾ ਹੀ ਆ ਮੈਂ ਇਸ ਤੋਂ ਵੱਧ ਤਾਂ ਇਹਨਾਂ ਨੂੰ ਬੁਲਾਉਂਦਾ ਵੀ ਨਹੀਂ ਆ। ਚਲੋ ਚੱਲੀਏ, ਛੱਡੋ, ਚਲੋ ਚੱਲੀਏ ਘਰ ਨੂੰ। ਬਾਪੂ। ਹਾਂ ਪੁੱਤ। ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਹਾਂਜੀ। ਮੇਰਾ ਇਰਾਦਾ ਨਿੱਕੇ ਨੂੰ ਬਾਹਰ ਭੇਜ ਦਈਏ, ਆਪਣਾ ਕਮਾਊਗਾ ਅਤੇ ਆਪਣਾ ਖਾਊਗਾ, ਨਾਲੇ ਪਤਾ ਲੱਗ ਜੂ ਕਮਾਈ ਕਿੱਦਾਂ ਹੁੰਦੀ ਹੈ। ਬਾਹਰ ਨਹੀਂ, ਉਹਨੂੰ ਜੋ ਕਰਨਾ ਇੱਥੇ ਕਰਨ ਦੇ, ਨਾਲੇ ਆਪਣੀਆਂ ਅੱਖਾਂ ਸਾਹਮਣੇ ਰਹੂਗਾ, ਤੈਨੂੰ ਪਤਾ ਤਾਂ ਹੈ ਹੀ ਆ ਉਹਦਾ, ਇੰਨਾ ਵੱਡਾ ਨਹੀਂ ਹੋ ਗਿਆ ਕਿ ਉਹਨੂੰ ਬਾਹਰ ਭੇਜ ਦਈਏ। ਉਹ ਬਾਪੂ ਤਾਂ ਬਾਈ ਗੱਲ ਸੁਣ, ਮੈਂ ਨਹੀਂ ਬਾਹਰ ਜਾਣਾ, ਤੂੰ ਨਾ ਮੈਨੂੰ ਆਪਣਾ ਤੋਂ ਦੂਰ ਨਾ ਕਰੋ, ਤੁਹਾਨੂੰ ਮੈਂ ਦੱਸਿਆ ਤੇ ਮੈਂ ਜੋ ਵੀ ਨਾ ਇੱਥੇ ਰੁਕੀ ਮਿਸੀ ਖਾ ਲੂੰਗਾ ਚੁੱਪ ਕਰਕੇ। ਬਸ ਬਸ ਨਾਟਕ ਨਾ ਕਰ, ਮੈਨੂੰ ਪਤਾ ਤੂੰ ਹੀ ਉਹਨੂੰ ਕਿਹਾ ਬਾਹਰ ਜਾਣ ਨੂੰ, ਬਾਹਰ ਬੂਹਰ ਕੋਈ ਨਹੀਂ ਜਾਊਗਾ, ਜੋ ਕਰਨਾ ਇੱਥੇ ਕਰਨਾ। ਉਹ ਬਾਪੂ ਗੱਲ ਤੇ ਸੁਣ। ਉਹ ਬਾਈ ਮੈਨੂੰ ਨਹੀਂ ਲੱਗਦਾ ਬਾਪੂ ਮੰਨੂਗਾ। ਤੂੰ ਉਦਾਸ ਨਾ ਹੋ, ਕੋਈ ਨਹੀਂ ਮੈਂ ਬਾਪੂ ਨੂੰ ਮਨਾ ਲੈਣਾ। ਤੈਨੂੰ ਪਤਾ ਤਾਂ ਹੈਗਾ ਬਾਈ, ਜੋ ਬਾਪੂ ਨੇ ਇੱਕ ਵਾਰੀ ਗੱਲ ਕਰਤੀ ਤੇ ਉਹ ਬਾਅਦ 'ਚ। ਕੋਈ ਨਹੀਂ ਮੈਂ ਕਰਦਾ ਗੱਲ, ਪੱਕਾ ਕਰੀ ਮੈਂ ਕਰਦਾ। ਕੀ ਗੱਲ ਹੋ ਗਈ, ਮੂਡ ਸਹੀ ਨਹੀਂ ਹੋਇਆ ਲੱਗਦਾ ਅੱਜ। ਉਹ ਇੱਧਰ ਵੇਖ ਤੇ ਸਹੀ, ਕੀ ਗੱਲ ਹੋ ਗਈ ਆ? ਕੀ ਹੋਇਆ ਇਹਨੂੰ, ਬੜਾ ਮੂੰਹ ਜਿਹਾ ਫਲਾਇਆ ਤੂੰ? ਪਤਾ ਨਹੀਂ ਬਾਪੂ ਕੀ ਗੱਲ ਹੋਈ ਇਹਨੂੰ, ਕੀ ਹੋਇਆ ਬੋਲੇਗਾ? ਕੁਝ ਨਹੀਂ ਹੋਇਆ, ਤੁਹਾਨੂੰ ਮੈਂ ਕਰੀ ਕਿਹਾ ਮੈਨੂੰ ਬਾਹਰ ਭੇਜੋ, ਤੁਸੀਂ ਮੈਨੂੰ ਬਾਹਰ ਕਿਉਂ ਨਹੀਂ ਭੇਜਦੇ? ਮੈਂ ਤੁਹਾਨੂੰ ਕਿਹਾ ਸਾਰਾ ਕੰਮ ਕਰਕੇ ਆਊਂਗਾ, ਸਾਰਾ ਕੁਝ ਕਰੂੰਗਾ, ਆਪਣਾ ਹੀ ਕੁਝ ਕਰੂੰਗਾ। ਫਿਰ ਉਹੀ ਗੱਲਾਂ, ਤੈਨੂੰ ਕਿਹਾ ਨਹੀਂ ਭੇਜਣਾ, ਇੱਕ ਵਾਰੀ ਕਹਿਤਾ ਨਹੀਂ ਭੇਜਣਾ, ਨਹੀਂ ਭੇਜਣਾ ਬਸ। ਬਸ ਬਾਪੂ, ਆ ਪਿੰਡ ਵਾਲੇ ਸਾਰੇ ਸਹੀ ਕਹਿੰਦੇ ਆ। ਕੀ ਕਹਿੰਦੇ ਆ? ਉਹੀ ਕਹਿੰਦੇ ਆ ਕਿ ਜੋ ਪਿਆਰ ਬਾਪੂ ਕਰਦਾ ਨਾ ਸਭ ਵੱਡੇ ਨੂੰ ਕਰਦਾ ਵਾ, ਤੇ ਵੱਡਾ ਜੋ ਕਹਿੰਦਾ ਨਾ ਉਹ ਨਿੱਕਾ ਕਰਦਾ ਵਾ। ਕੀ ਗੱਲ, ਨਿੱਕੇ ਲਈ ਪਿਆਰ ਨਹੀਂ ਹੈਗਾ, ਸਿਰਫ ਮੈਨੂੰ ਤਾਨੇ ਰਹਿ ਗਏ ਮੇਰੇ ਵਾਸਤੇ। ਬਸ ਕਰ, ਬਕਵਾਸ ਨਾ ਕਰ। ਬਸ ਹੁਣ ਬਕਵਾਸ ਹੀ ਲੱਗਣੀ ਆ ਗੱਲ, ਬਹਿ ਕੇ ਗੱਲ ਕਰ ਲਾ। ਬਾਈ ਛੱਡ ਤੂੰ। ਤੂੰ ਵੇਖਿਆ ਗੁੱਸਾ ਇਹਦਾ, ਇਹਨਾਂ ਗੱਲਾਂ ਕਰਕੇ ਇਹਨੂੰ ਮੈਂ ਬਾਹਰ ਨਹੀਂ ਭੇਜਦਾ। ਚੱਲ ਬਾਪੂ ਛੱਡ, ਉਹ ਜਿੱਦਾਂ ਦਾ ਹੈਗਾ ਉਹਨੂੰ ਰਹਿਣ ਦੇ, ਤੂੰ ਬਹਿ। ਹਾਂ ਛੋਟੇ, ਕਿੱਧਰ
ਬਾਈ ਬਸ 11 ਨਾਲ ਚੱਲਿਆ। ਉਹ ਤੈਨੂੰ ਕਿੰਨੀ ਵਾਰੀ ਸਮਝਾਇਆ ਵਾ, ਜਿੰਨਾ ਨਾਲ ਤੁਰਿਆ ਫਿਰਦਾ ਵਾ, ਉਹ ਬੰਦੇ ਨਹੀਂ ਠੀਕ। ਬਾਪੂ ਗੁੱਸੇ ਹੋਊ ਵੱਖਰਾ। ਬਾਈ ਪਤਾ ਕੀ ਆ, ਬਾਪੂ ਨੂੰ ਵੀ ਤੂੰ ਦੱਸਣਾ ਤੇ ਬਾਪੂ ਦਾ ਪਿਆਰਾ ਵੀ ਤੂੰ ਰਹਿਣਾ। ਮੈਂ ਘਰੇ ਰਵਾਂ ਜਾਂ ਬਾਹਰ, ਪੈਣੀਆਂ ਤਾਂ ਮੈਨੂੰ ਗਾਲਾਂ ਹੀ ਆ। ਉਹ ਗੱਲ ਤੇ ਸੁਣ ਲਾ, ਕਰਨੀਆਂ ਤੇ ਆਪਣੀਆਂ ਮਨ ਮਰਜ਼ੀਆਂ ਹੀ ਆ। ਹਾਂ ਕਿੱਦਾਂ ਫਿਰ? ਵਧੀਆ ਜਨਾਬ ਆ, ਤੁਸੀਂ ਸੁਣਾਓ ਕੀ ਹਾਲ ਜੇ? ਵਧੀਆ ਵਧੀਆ। ਹਰ ਘਰਦਿਆਂ ਨੇ ਕਿਹਾ ਨਹੀਂ ਕੁਝ? ਉਹ ਯਾਰ ਵੱਡਾ ਭਰਾ ਕਹਿਣ ਦਿਆ ਸੀ, ਪਰ ਤੁਹਾਨੂੰ ਪਤਾ ਹੀ ਆ ਜਿੱਥੇ ਯਾਰਾਂ ਨੇ ਜਾਣਾ ਉੱਥੇ ਤਾਂ ਜਾਣਾ ਹੀ ਆ ਆਪਾਂ। ਉਹ ਗੱਲ ਤੇ ਹੈ। ਚੱਲ ਤੂੰ ਕਿੰਨਾ ਨਾ ਜਹਾਜੇ ਚੜ੍ਹਨਾ, ਫਿਰ ਆ ਜਾ, ਤੈਨੂੰ ਇਹੋ ਜਿਹੇ ਬੰਦੇ ਨਾਲ ਮਿਲਾਉਣਾ ਜਿਹੜਾ ਤੂੰ ਸਿੱਧਾ ਹੀ ਜਹਾਜੇ ਚੜ੍ਹੇਗਾ। ਕਹਿੰਦਾ ਤੇਰਾ ਬੰਦਾ ਇੱਥੇ ਹੈਗਾ ਤੇ ਬੰਦਾ ਤਾਂ ਹੈ ਨੀ ਇੱਥੇ, ਕਿੰਨੂੰ ਬੁਲਾਉਣ ਲਿਆ? ਬੰਦੇ ਨੇ ਤਾਂ ਯਾਰ ਅੱਡੇ ਤੋਂ ਮਿਲਣ ਨੂੰ ਕਿਹਾ ਸੀ, ਅਜੇ ਤੱਕ ਆਇਆ ਨਹੀਂ ਆ। ਚੱਲ ਫੋਨ ਕਰਦਾ ਉਹਨੂੰ ਮੈਂ। ਪੁੱਛ ਫੋਨ ਕਰਕੇ ਕਿੱਥੇ ਆ। ਹਾਂ ਜੱਗੂ ਕਿੱਥੇ ਆ? ਉਹ ਯਾਰ ਅਸੀਂ ਅੱਡੇ 'ਤੇ ਆਏ, ਤੂੰ ਹੈਗਾ ਹੀ ਨਹੀਂ ਹੈ। ਅੱਛਾ ਅੱਛਾ, ਉਹ ਚੱਲ ਤੇਰੀ ਵੇਟ ਕਰਨੇ ਅਸੀਂ ਟਾਹਲੀ ਲਾ ਕੇ ਖਲੋਤੇ ਹਾਂ। ਆ ਜਾ ਹੁਣ ਮੈਂ ਆ ਰਿਹਾ, ਬਸ ਹੁਣੇ ਪਹੁੰਚਦਾ। ਇਹੋ ਤੇ ਤੇਰਾ ਵੀਜ਼ਾ ਏ, ਇਹੋ ਵੀਜ਼ਾ ਲਾ ਕੇ ਤੂੰ ਜਹਾਜ਼ੇ ਚੜ੍ਹਾਉਣਾ ਵੇਖੀ। ਵਾਹ ਤੇ ਗੁਰੂਆ ਚਿੱਟਾ ਵਾ। ਗੁਰੂਆ ਵੇਖੀ ਤੂੰ ਜਹਾਜ਼ ਕਿੱਦਾਂ ਚੜ੍ਹਦਾ। ਪੈਗ ਤੱਕ ਠੀਕ ਆ, ਇੱਥੋਂ ਅੱਗੇ ਨਹੀਂ। ਲਾ ਤੇ ਮੇਰੇ ਕਰਕੇ ਲਾ ਦੇ। ਉਹ ਇੱਕ ਵਾਰੀ ਲਾ ਗਏ ਵੇ ਭਰਾ ਖਾਤਰ ਲਾ, ਫਿਰ ਤੂੰ ਵੇਖੀ ਤੂੰ ਕਿੱਦਾਂ ਜਹਾਜ਼ੇ ਚੜ੍ਹਦਾ ਉਹਨੂੰ। ਮੈਂ ਕਦੇ ਪੀਤੀ ਨਾ ਤੂੰ ਕਦੇ ਪੀਤੀ। ਮੈਨੂੰ ਪਤਾ ਬਾਪੂ ਜਿੰਨਾ ਪਿੱਛੇ ਲਾ ਕੇ ਕਰਦੇ ਆ ਨਾ, ਕੋਈ ਨੀ ਮੈਂ ਲੈਣਾ ਪਤਾ ਇਹਦਾ। ਤੁਸੀਂ ਪਾਉ ਲੰਮੇ ਜਿੰਦਾ। ਕੁਝ ਟਾਈਮ ਬਾਅਦ ਜਹਾਜ਼ ਦੀ ਬਾਰੀ ਨੂੰ ਹੱਥ ਤਾਂ ਨਹੀਂ ਪੈਂਦਾ, ਪਰ ਨਸ਼ਿਆਂ ਨੂੰ ਪਾ ਬੈਠਦਾ। ਹਾਂ ਵੀ ਜਿੰਦਾ, ਕੀ ਹਾਲ ਆ? ਕੀ ਹਾਲ ਡਾਕਟਰ ਸਾਹਿਬ, ਕਿੱਧਰ ਗੇੜਾ ਮਾਰਿਆ ਅੱਜ? ਬਸ ਇੱਧਰ ਹੀ। ਸਿੰਧਿਆ ਮੈਂ ਨਾ ਗੱਲ ਕਰਨੀ ਆ ਇੱਕ ਤੇਰੇ ਨਾਲ। ਦੱਸੋ। ਮੈਂ ਗੱਲ ਤਾਂ ਵੈਸੇ ਕਰਨੀ ਸੀ ਚਾਚੇ ਨਾਲ, ਪਰ ਮਹਾਂ ਵੀ ਪਹਿਲਾਂ ਤੇਰੇ ਨਾਲ ਹੀ ਗੱਲ ਕਰਾਂ। ਅੱਛਾ। ਜਿਹੜਾ ਤੁਹਾਡਾ ਛੋਟਾ ਭਰਾ ਨਾ, ਉਹ ਮੈਨੂੰ ਲੱਗਦਾ ਵੀ ਨਸ਼ੇ ਕਰਨ ਲੱਗ ਪਿਆ। ਉਹ ਨਹੀਂ ਡਾਕਟਰ, ਤੈਨੂੰ ਵਹਿਮ ਵੂਹਮ ਪਿਆ ਹੋਣਾ ਏ। ਉਹ ਇੱਦਾਂ ਦਾ ਨਹੀਂ ਹੈਗਾ ਬੰਦਾ ਸਾਡਾ। ਨਹੀਂ ਨਹੀਂ, ਉਹਦਾ ਨਾ ਬਹਿਣ ਖਲੋਣ ਥੋੜ੍ਹਾ ਜਿਹਾ ਗਲਤ ਬੰਦਿਆਂ ਨਾਲ ਹੋ ਗਿਆ ਹਨ, ਅਤੇ ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ। ਤੈਨੂੰ ਭੁਲੇਖਾ ਲੱਗਾ ਏ ਡਾਕਟਰ। ਚਲੋ ਕੋਈ ਨਹੀਂ, ਮੇਰਾ ਫਰਜ਼ ਸੀ ਦੱਸਣਾ, ਬਾਕੀ ਮਰਜ਼ੀ ਤੇਰੀ। ਚਲੋ ਕੋਈ ਨਹੀਂ, ਮੈਂ ਕਰ ਲੂੰ ਬਾਪੂ ਨਾਲ ਗੱਲ। ਕੋਈ ਗੱਲ ਨਹੀਂ। ਹਾਂ ਸਿੰਧਿਆ ਡਾਕਟਰ ਆਇਆ ਸੀ, ਕੀ ਕਹਿੰਦਾ? ਉਹ ਬਾਪੂ ਕੁਝ ਨਹੀਂ, ਉੱਦਾਂ ਕਿਤੇ ਲੰਘਦਾ ਆ ਗਿਆ ਇਹਨੂੰ। ਤੁਸੀਂ ਕਿੱਧਰੋਂ ਆਏ? ਮੈਂ ਇੱਧਰੋਂ ਬੱਸ ਪਿੰਡ ਦਾ ਗੇੜਾ ਲਾ ਗਏ। ਚੱਲ ਆਇਆ ਫਿਰ ਘਰੇ ਮਿਲਦੇ ਹਾਂ। ਚਲੋ ਠੀਕ, ਕੋਈ ਨਹੀਂ ਮੈਂ ਆ ਗਿਆ। ਪੰਜਾਬ ਦੀ ਨੌਜਵਾਨੀ ਤਾਂ ਬਾਹਰ ਭੱਜੀ ਜਾਂਦੀ ਹੈ, ਅਤੇ ਜਿੰਦਾ ਉਹਨਾਂ 'ਚੋਂ ਇੱਕ ਆ।
ਇਹ ਆਪਣੇ ਬਾਹਰ ਜਾਣ ਦੇ ਚੱਕਰਾਂ 'ਚ ਕਿਹੜੇ ਬੰਦਿਆਂ ਕੋਲ ਫਸਦਾ, ਇਹ ਆਉਣ ਵਾਲਾ ਟਾਈਮ ਹੀ ਦੱਸੂਗਾ। ਕੁਝ ਸਮਾਂ ਬੀਤਦਾ ਹੈ, ਜਿੰਦੇ ਕੋਲ ਨਸ਼ਾ ਕਰਨ ਜੋਗੇ ਪੈਸੇ ਨਹੀਂ ਹੁੰਦੇ, ਘਰੋਂ ਉਹ ਮੰਗ ਨਹੀਂ ਸਕਦਾ, ਫਰੀ 'ਚ ਕੋਈ ਨਸ਼ਾ ਦਿੰਦਾ ਨਹੀਂ। ਕੁਝ ਨਾ ਕੁਝ ਹੱਥ ਪੱਲਾ ਮਾਰ ਕੇ ਉਹਦੇ ਜੋ ਵੀ ਹੱਥ ਲੱਗਦਾ ਹੈ ਉਹ ਉਹਨਾਂ ਨੂੰ ਦੇ ਕੇ ਆਪਣੇ ਇੱਕ ਦਿਨ ਦਾ ਨਸ਼ਾ ਪੂਰਾ ਕਰਦਾ। ਕਿੰਨਾ ਕੁ ਚਿਰ ਜਿੰਦਾ ਚੋਰੀਆਂ ਕਰਕੇ ਅਤੇ ਨਸ਼ੇ ਪੂਰੇ ਕਰਦਾ। ਕਹਿੰਦੇ ਹੁੰਦੇ ਆ ਨਾ ਵੀ ਮਾੜੇ ਕੰਮਾਂ ਦਾ ਅੰਤ ਨੇੜੇ ਹੀ ਹੁੰਦਾ। ਹੁਣ ਫਿਰ ਇਹਦਾ ਕੀ ਕਰੀਏ? ਉਹ ਛੱਡ ਇਹਦੇ ਅਰਗੇ, ਆਪਾਂ ਬੜੇ ਵੇਖੇ ਆ, ਆਪਣੇ ਦੇ ਪੈਸੇ ਪੂਰੇ ਹੋ ਗਏ ਆ, ਚਲੀਏ ਆਪਾਂ ਘਰ ਨੂੰ। ਚਲੋ ਫਿਰ ਚਲੋ। ਉਹ ਮੇਰਾ ਮੁੰਡਾ ਮਾਰਤਾ, ਉਹ ਮੇਰਾ ਮੁੰਡਾ ਮਾਰਤਾ। ਉਹਦਾ ਪਿਓ ਆ ਗਏ। ਕੋਈ ਨੀ, ਛੱਡਣਾ ਤੇ ਆਪਾਂ ਹੁਣ ਕੋਈ ਵੀ ਨਹੀਂ ਆ, ਜਿਹੜਾ ਮਰਜ਼ੀ ਆ ਰਿਹਾ, ਆਪਣੇ ਦੇ ਪੈਸੇ ਪੂਰੇ ਹੋ ਗਏ ਆ। ਤੁਸੀਂ ਮੇਰਾ ਮੁੰਡਾ ਮਾਰਤਾ, ਮਾਰਿਆ ਤੁਹਾਡਾ ਮੁੰਡਾ, ਅਸੀਂ ਥੋੜੀ ਲਾਇਆ ਨਸ਼ੇ ਦੇ, ਮੇਰਾ ਮੁੰਡਾ ਮਾਰਤਾ। ਮਰਿਆ ਕੋਈ, ਭਰਿਆ ਕੋਈ। ਚੱਲ ਛੱਡ, ਮਰਨਾ ਦੇ ਮੁੰਡੇ ਨੇ ਹੀ ਪਿਓ ਵੀ ਨਾਲ ਲੈ ਗਿਆ ਈ। ਚੱਲ ਚੱਲੀਏ ਆਪਾਂ। ਉਹ ਕਿਹੜੇ ਓਏ, ਉਹ ਬਾਪੂ ਆ, ਓਏ ਉਹ ਭਰਾ ਹੋ ਗਿਆ। ਚੱਲ ਚੱਲ ਚੱਲੀਏ। ਓਏ ਬਾਪੂ, ਉਹ ਨਿੱਕੇ 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 ਓਏ, ਉਹ ਨਿੱਕੇ ਉਹ ਕੀ ਹੋ ਗਿਆ ਓਏ, ਡਾਕਟਰ ਸਾਹਿਬ ਬਾਪੂ ਨੇ ਆਓ ਜੀ, ਨਿੱਕੂ ਹੋਇਆ ਕੀ ਸੋਰੀ, ਇਹਨਾਂ ਦੇ ਨਾ ਸਾਹ ਨੀ ਬਚੇ ਬਾਪੂ, ਮੈਂ ਨੀ ਕੁਝ ਕਰ ਸਕਦਾ। ਵੇਖੋ ਤਾਂ ਸਹੀ ਇੱਕ ਵਾਰੀ, ਨਹੀਂ ਇਹ ਕਹਾਣੀ ਸਾਡੀ ਜਾਂ ਤੁਹਾਡੀ ਨਹੀਂ ਹੈ, ਪੰਜਾਬ ਦੇ ਉਹ ਹਰ ਇੱਕ ਪਿੰਡ ਦੇ ਨੌਜਵਾਨ ਦੀ ਹੈ ਜੋ ਆਪਣੇ ਚਿੱਟੇ ਦੀ ਲਪੇਟ 'ਚ ਆ ਕੇ ਆਪਣੀ ਜ਼ਿੰਦਗੀ ਤਾਂ ਖਰਾਬ ਕਰ ਹੀ ਰਿਹਾ, ਨਾਲ ਆਪਣੇ ਘਰਦਿਆਂ ਨੂੰ ਅਪਾਹਿਜ ਕਰਕੇ ਸੁੱਟ ਜਾਂਦਾ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਦਾ ਵੀ ਨੁਕਸਾਨ ਕਰ ਰਿਹਾ। ਘਰ 'ਚ ਪਈਆਂ ਮਾਵਾਂ ਆਪਣੇ ਪੁੱਤਾਂ ਨੂੰ, ਭੈਣਾਂ ਆਪਣੇ ਵੀਰਾਂ ਨੂੰ, ਸੱਜ ਵਿਆਹੀਆਂ ਚੂੜੇ ਵਾਲੀਆਂ ਆਪਣੇ ਘਰ ਵਾਲਿਆਂ ਨੂੰ ਉਡੀਕਦੀਆਂ।
ਕੀ ਪੰਜਾਬ ਫਿਰ ਸੋਨੇ ਦੀ ਚਿੜੀ ਬਣੂਗਾ? ਅੱਜ ਪੰਜਾਬ ਦਾ ਮਰਝਾਇਆ ਹੋਇਆ ਚਿਹਰਾ ਆਪਣੇ ਉਹ ਨੌਜਵਾਨਾਂ ਗੱਭਰੂਆਂ ਨੂੰ ਦੇਖ ਰਿਹਾ ਹੈ ਕਿ ਭੱਜ ਕੇ ਆ ਕੇ ਮੇਰੇ ਗੱਲ ਵਕੜੀ ਪਾਉਣ। ਕੋਈ ਵੀ ਨੌਜਵਾਨ ਸਾਡੀ ਫਿਲਮ ਵੇਖ ਕੇ ਨਸ਼ੇ ਛੱਡ ਦਿੰਦਾ ਹੈ ਤਾਂ ਸਾਡੀ ਫਿਲਮ ਬਣਾਉਣ ਦੀ ਮਿਹਨਤ ਦਾ ਮੁੱਲ ਮਿਲ ਜਾਊਗਾ।